ਸਾਤਸ੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਲਾ ਜੇਕਰ ਤੁਸੀਂ ਵਿਦੇਸ਼ 'ਚ ਰਹਿੰਦੇ ਹੋ ਜਾਂ ਪ੍ਰਵਾਸੀ ਭਾਰਤੀ ਹੋ ਐਨ ਆਰ ਆਈ ਹੋ ਯਾਨੀ ਕਿ ਤਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਜਾਂ ਆਪਣੇ ਦੋਸਤ ਦੇ ਪਿੰਡ ਰਿਸ਼ਤੇਦਾਰ ਦੇ ਪਿੰਡ ਜਾਂ ਫਿਰ ਗਵਾਂਡੀ ਪਿੰਡ ਦੇ ਵਿੱਚ ਕੋਈ ਦਾਨ ਜਾਂ ਕੋਈ ਫੰਡ ਦੇਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨ ਤੁਹਾਨੂੰ ਜਾਣਨੀਆਂ ਜ਼ਰੂਰੀ ਹੋਣਗੀਆਂ ਕਿਉਂਕਿ ਸਰਕਾਰ ਨੇ ਹੁਣ ਐਨ ਆਰ ਆਈਸ ਵੱਲੋਂ ਪੰਜਾਬ 'ਚ ਭੇਜੇ ਜਾਂਦੇ ਫੰਡ ਤੇ ਨਵੀਂ ਯੋਜਨਾ ਤਿਆਰ ਕਰ ਦਿੱਤੀ ਹੈ ਤਾਜੀ ਜਿਸ ਦੇ ਉਪਰ ਅਸੀਂ ਰਿਪੋਰਟ ਵੀ ਤਿਆਰ ਕੀਤੀ ਹੈ ਕਿ ਯੋਜਨਾ ਹੈ ਕੀ ਹੈ ਸਰਕਾਰ ਹੁਣ ਪ੍ਰਵਾਸੀ ਪੰਜਾਬੀਆਂ ਤੇ ਨਿਰਪਰ ਜੋ ਹੋ ਰਹੀ ਹੈ ਅਸਲ ਦੇ ਵਿੱਚ ਇਹ ਕਹਾਣੀ ਕੀ ਹੈ ਐਨਲਾਈਜ਼ ਤੋਂ ਜੋ ਫੰਡ ਦੀ ਮੰਗ ਕੀਤੀ ਜਾ ਰਹੀ ਹੈ ਪਿੰਡਾਂ ਨੂੰ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਇਸ ਦੇ ਪਿੱਛੇ ਮਕਸਦ ਕੀ ਹੈ ਸਰਕਾਰ ਦਾ ਸਰਕਾਰ ਨੇ ਇਹਨਾਂ ਫੰਡਾਂ ਦੇ ਲਈ ਜੋ ਪੋਲਿਸੀ ਬਣਾਈ ਹੈ ਤੇ ਐਨਲਾਈਜ਼ ਕਿੰਨੇ ਰੁਪਏ ਆਪਣੇ ਪਿੰਡ ਦੇ ਵਿੱਚ ਭੇਜ ਸਕਦੇ ਨੇ ਜਾਂ ਫਿਰ ਕਿੰਨਾ ਫੰਡ ਦੇ ਸਕਦੇ ਨੇ ਇਨਾ ਫੰਡਾਂ ਦੇ ਵਿੱਚ ਸਰਕਾਰ ਦਾ ਕੀ ਰੋਲ ਰਹੇਗਾ ਇੱਕ ਇੱਕ ਕਰਕੇ ਅਸੀਂ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਕਿ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੇ ਲਈ ਜੋ ਫੰਡਾਂ ਦੀ ਲਿਸਟ ਰੱਖੀ ਹੈ ਯਾਨੀ ਕਿ ਜੋ ਪ੍ਰੋਜੈਕਟ ਰੱਖੇ ਹੋਏ ਨੇ ਤਾਂ ਉਸ ਦੇ ਵਿੱਚ ਐਨ ਆਰ ਆਈਜ਼ ਪ੍ਰਵਾਸੀ ਪੰਜਾਬੀ ਕਿੰਨੇ ਰੁਪਏ ਦੇ ਸਕਦੇ ਨੇ ਤਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਜਾਂ ਫਿਰ ਗਾਈਡਲਾਈਨਸ ਦੇ ਵਿੱਚ ਆਪਣੇ ਪ੍ਰੋਜੈਕਟ ਰੱਖੇ ਨੇ ਤਾਂ ਉਸ ਦੇ ਤਹਿਤ ਜੇਕਰ ਕੋਈ ਪ੍ਰਵਾਸੀ ਪੰਜਾਬੀ ਕਮਿਊਨਿਟੀ ਸੈਂਟਰ ਦੇ ਲਈ ਦਾਨ ਕਰਨਾ ਚਾਹੁੰਦਾ ਫੰਡ ਦੇਣਾ ਚਾਹੁੰਦਾ ਤਾਂ ਉਸ ਦੇ ਲਈ 30 ਲੱਖ ਰੁਪਏ ਤੈ ਕਿਤੀ ਗਈ ਹੈ ਰਕਮ ਵੈਟਰਨਰੀ ਹਸਪਤਾਲ ਦੇ ਲਈ 15 ਲੱਖ ਰੁਪਏ ਰਕਮ ਤੈ ਕਿਤੀ ਗਈ ਹੈ ਪ੍ਰਾਇਮਰੀ ਸਕੂਲਾਂ ਦੇ ਲਈ 16 ਲੱਖ ਰੁਪਏ ਰਕਮ ਤੈ ਹੋਈ ਹੈ ਹੈਲਥ ਸੈਂਟਰ ਦੇ ਲਈ 15 ਲੱਖ ਰੁਪਏ ਪੰਚਾਇਤ ਘਰ ਦੇ ਲਈ 12 ਲੱਖ ਰੁਪਏ ਆਂਗਣਵਾੜੀ ਸੈਂਟਰ ਦੇ ਲਈ 5 ਲੱਖ ਰੁਪਏ ਲਾਇਬ੍ਰੇਰੀ ਦੇ ਲਈ 5 ਲੱਖ ਰੁਪਏ ਹੈ ਜਿਮ ਦੇ ਲਈ 4 ਲੱਖ ਰੁਪਏ ਪਾਰਕ ਦੇ ਲਈ 2 ਲੱਖ ਰੁਪਏ ਸਮਸ਼ਾਨ ਘਾੜ ਦੇ ਲਈ 1.5 ਲੱਖ ਰੁਪਏ ਜਿਹੜਾ ਪ੍ਰੋਜੈਕਟ ਰੱਖੇ ਹੋਏ ਨੇ ਇਸ ਦੇ ਤਹਿਤ ਖਰਚ ਕੀਤੇ ਜਾ ਸਕਦੇ ਨੇ ਤਾਂ ਹੁਣ ਸਵਾਲ ਖੜਾ ਹੁੰਦਾ ਹੈ ਕਿ ਐਨ ਆਰ ਆਈ ਪੰਜਾਬ ਸਰਕਾਰ ਦੀਆਂ ਸਜੋਜਨਾ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਸਰਕਾਰ ਤੋਂ ਪੁੱਛ ਕੇ ਆਪਣੇ ਪਿੰਡਾਂ ਦੇ ਲਈ ਆਪਣੇ ਨਾਲ ਦੇ ਪਿੰਡਾਂ ਦੇ ਲਈ ਫੰਡ ਜਾਰੀ ਕਰਨਗੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਮੇਰੇ ਪਿੰਡ ਦੇ ਜੋ ਵਿਦੇਸ਼ ਦੇ ਵਿੱਚ ਬੈਠੇ ਹੋਏ ਨੌਜਵਾਨ ਹੈ ਸ਼ਾਇਦ ਸਰਕਾਰ ਦੀ ਸਹਯੋਜਨਾ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਹੁਣ ਤੱਕ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਤਾਂ ਅੱਧੇ ਤੋਂ ਵੱਧ ਪੰਜਾਬ ਦੇ ਪਿੰਡ ਅਜੇ ਹੀ ਐਨਆਰਾਈਜ਼ ਨੇ ਬਣਾਏ ਹੋਏ ਨੇ ਜਿਨ੍ਹਾਂ ਦੀ ਨੁਹਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਹੁਣ ਤੱਕ ਬਦਲ ਚੁੱਕੀ ਹੈ ਸ਼ਹਿਰਾਂ ਨੂੰ ਮਾਤ ਦੇ ਰਹੇ ਨੇ ਪੰਜਾਬ ਦੇ ਪਿੰਡ ਤਾਂ ਨਾਲ ਦੀ ਨਾਲ ਜਿੰਨੇ ਵੀ ਖੇਡ ਮੇਲੇ ਹੋ ਰਹੇ ਨੇ ਜਾਂ ਫਿਰ ਕੋਈ ਵੀ ਟੂਰਨਾਮੈਂਟ ਹੁੰਦੇ ਨੇ ਜਾਂ ਮੇਲੇ ਕਰਵਾਏ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਐਨਆਰਾਈਜ਼ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤਾਂ ਇੱਕ ਅਸੀਂ ਤੁਹਾਡੇ ਸਖਸ਼ ਦੇ ਨਾਲ ਵੀ ਮੁਲਾਕਾਤ ਕਰਵਾਨੀ ਚਾਹੁੰਦੇ ਹਾਲਾਂਕਿ ਇਸ ਜੋ ਪ੍ਰੋਜੈਕਟ ਬਣਾਇਆ ਹੋਇਆ ਇਸ ਦੇ ਵਿੱਚ ਹੋਰ ਅਸੀਂ ਬਰੀਕੀ ਤੱਕ ਜਾਣਾ ਕਿ ਪ੍ਰੋਜੈਕਟ ਦੇ ਵਿੱਚ ਜਿਹੜਾ ਕਮਿਊਨਿਟੀ ਸੈਂਟਰ ਹੈਗਾ 30 ਲੱਖ ਰੁਪਏ ਹੈ ਤਾਂ ਇਸ ਨੂੰ ਜੇਕਰ ਅਸੀਂ ਜ਼ਿਆਦਾ ਬੰਦਿਆਂ ਦੇ ਲਈ ਬਣਾਣਾ ਤਾਂ ਕਿੰਨੇ ਖਰਚ ਸਕਦੇ ਐ ਐਨਆਰਆਈ ਪੈਸੇ ਕਿੰਨੇ ਫੰਡ ਭੇਜ ਸਕਦੇ ਆ ਤੇ ਪੰਚਾਇਤ ਦਾ ਕੀ ਰੋਲ ਰਹੇਗਾ ਪਰ ਉਸ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਦਾ ਉਹ ਪਿੰਡ ਹੈ ਜੋ ਜਲੰਧਰ ਤੋਂ ਤਕਰੀਬਨ ਕਪੂਰਥਲਾ ਵਾਲੀ ਸਾਈਡ ਤੇ ਪੈਂਦਾ ਔਰ ਤਲਵੰਡੀ ਮਾਦੋ ਇਹ ਪਿੰਡ ਹੈ ਇੱਥੇ ਸੀਚੇਵਾਲ ਮਾਡਲ ਵੀ ਸਥਾਪਿਤ ਹੈ ਇੱਥੇ ਐਨਆਰਆਈਜ਼ ਨੇ 50 ਲੱਖ ਰੁਪਇਆ ਹੁਣ ਤੱਕ ਲਗਾ ਦਿੱਤਾ ਹੈ ਸਰਕਾਰੀ ਜੇਕਰ ਗ੍ਰਾਂਟ ਦੇਖੇ ਜਾਵੇ ਤਾਂ ਮਹਿਜ਼ 8 ਤੋਂ 10 ਲੱਖ ਹੀ ਹੈ ਤੇ ਬਾਕੀ ਕੁਝ ਪਿੰਡ ਨੇ ਇਕੱਠਾ ਕਰਕੇ 70 ਤੋਂ 80 ਲੱਖ ਰੁਪਇਆ ਲਗਾਇਆ ਤੇ 50 ਲੱਖ ਰੁਪਏ ਐਨਆਰਆਈਜ਼ ਨੇ ਹੁਣ ਤੱਕ ਇੱਥੇ ਲਗਾ ਚੁੱਕੇ ਆ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਪਿੰਡ ਦੀਆਂ ਤਲਵੰਡੀ ਮਾਦੋ ਪਿੰਡ ਹੈ ਪਿੰਡ ਦੀ ਪੂਰੀ ਤਰ੍ਹਾਂ ਦੇ ਨਾਲ ਨਹਿਾਰ ਬਦਲ ਦਿੱਤੀ ਗਈ ਆ ਪਾਰਕ ਬਣਾਏ ਗਏ ਨੇ ਪਾਰਕ ਦੇ ਵਿੱਚ ਬੈਠਣ ਦੇ ਲਈ ਬਜ਼ੁਰਗਾਂ ਦੇ ਲਈ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਤਾਂ ਇਸ ਪਿੰਡ ਦੇ ਹੀ ਵਸਨੀਕ ਦੇ ਨਾਲ ਜਿਨ੍ਹਾਂ ਨੇ ਆਪਣੇ ਪਿੰਡ ਦੇ ਵਿੱਚ ਇਹ ਕਾਰਜ ਕੀਤੇ ਨੇ ਉਹਨਾਂ ਦੇ ਨਾਲ ਅਸੀਂ ਫੋਨ ਤੇ ਗੱਲਬਾਤ ਕਰਦੇ ਆ ਔਰ ਉਹਨਾਂ ਤੋਂ ਜਾਣਦੇ ਆ ਕੀ ਉਹ ਖੁਸ਼ ਨੇ ਸਰਕਾਰ ਦੀਆਂ ਸਜੋਜਨਾ ਤੇ ਤਾਂ ਮੇਰੇ ਨਾਲ ਹੁਣ ਜੁੜੇ ਨੇ ਫੋਨ ਲਾਈਨ ਦੇ ਉੱਪਰ ਅਮਰੀਕ ਸੰਧੂ ਜੋ ਤਲਵੰਡੀ ਮਾਦੋ ਪਿੰਡ ਦੇ ਵਸਨੀਕ ਨੇ ਇਹਨਾਂ ਤੋਂ ਸਿੱਧਾ-ਸਿੱਧਾ ਜਾਣਦੇ ਆ ਅ ਅਮਰੀਕ ਸੰਧੂ ਭਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਔਰ ਮੈਂ ਤੁਹਾਨੂੰ ਜਾਨਣਾ ਚਾਹਨਾ ਤੁਹਾਡੇ ਕੋਲ ਕਿ ਤੁਹਾਡੇ ਪਿੰਡ ਦੇ ਵਿੱਚ ਐਨ ਆਰ ਆਈਜ਼ ਹੁਣ ਤੱਕ ਕਿੰਨਾ ਫੰਡ ਲਗਾ ਚੁੱਕੇ ਨੇ ਸਾਰਿਆਂ ਨੂੰ ਪਿਆਰ ਭਰੀ ਸ਼ਾਸਵੀ ਕਾਲ ਸਾਡੇ ਪਿੰਡ ਦੇ ਵਿੱਚ ਜਿਹੜਾ ਸੀ ਆ ਪਾਰਕ ਔਰ ਆਪਣੀ ਜਿਹੜਾ ਛੱਪੜ ਨੂੰ ਸੀਚਲ ਮਾਦਲ ਚ ਤਬਦੀਲ ਕੀਤਾ ਇਹਦੇ ਤੇ तकरीबन ਐਨਆਰਆਈ ਹੁਣ ਤੱਕ ਸਾਡੇ 50 ਲੱਖ ਰੁਪਏ ਜਿਹੜਾ ਅਸੀਂ ਐਨਆਰਆਈ ਸਰ ਚੁੱਕੇ ਆ ਇਹ ਜੋ ਸਿਰਫ 10 ਲੱਖ ਰੁਪਏ ਸਾਨੂੰ ਜਿਹੜੀ ਉਹ ਗ੍ਰਾਂਟ ਸਾਨੂੰ ਮਿਲੀ ਸੀ ਬਾਕੀ ਸਾਰਾ 50 ਦਾ 50 ਲੱਖ ਰੁਪਏ ਅਸੀਂ ਉਹ ਆਪਣੇ ਪਿੰਡ ਜੋ ਐਨਆਰਆਈ ਫੰਡ ਚੋਂ ਪੱਠਾ ਕਰਕੇ ਲਾਇਆ ਅੱਛਾ ਹੁਣ ਸਰਕਾਰ ਨੇ ਇੱਕ ਯੋਜਨਾ ਬਣਾਈ ਹੈ ਤੇ ਉਸ ਯੋਜਨਾ ਦੇ ਵਿੱਚ ਇਹ ਹੈ ਕਿ ਐਨਆਰਆਈਸ ਨੂੰ ਕਿਹਾ ਗਿਆ ਕਿ ਤੁਸੀਂ ਸਿੱਧਾ ਪੰਚਾਇਤ ਨੂੰ ਫੰਡ ਭੇਜ ਸਕਦੇ ਹੋ ਆਪਣੇ ਰਿਸ਼ਤੇਦਾਰ ਨੂੰ ਭੇਜਣ ਦੀ ਬਜਾਏ ਜਾਂ ਆਪਣੇ ਕਿਸੇ ਦੋਸਤ ਨੂੰ ਭੇਜਣ ਦੀ ਬਜਾਏ ਸਿੱਧਾ ਤੁਸੀਂ ਪੰਜਾਬ ਪੰਚਾਇਤ ਨੂੰ ਭੇਜੋ ਤੇ ਫੰਡਾਂ ਦੀ ਜਿਹੜੀ ਆ ਕੁਝ ਰਕਮ ਵੀ ਤੈਅ ਕੀਤੀ ਹੋਈ ਹੈ ਮੈਂ ਤੁਹਾਨੂੰ ਇੱਕ ਵਾਰ ਮੋਟਾ-ਮੋਟਾ ਸੁਣਾਉਣਾ ਚਾਹਨਾ ਜੇਕਰ ਤੁਸੀਂ ਕੋਈ ਕਮਿਊਨਿਟੀ ਸੈਂਟਰ ਬਣਾਣਾ ਹੈ ਤਾਂ ਉਹਦੇ ਲਈ 30 ਲੱਖ ਰੁਪਏ ਰੱਖਿਆ ਹੋਇਆ ਪਾਰਕ ਦੇ ਲਈ ਜਿਹੜਾ ਆ ਉਹ ਰੱਖਿਆ ਹੋਇਆ 2.5 ਲੱਖ ਰੁਪਿਆ ਜਿਮ ਦੇ ਲਈ 4 ਲੱਖ ਹੈ ਲਾਇਬ੍ਰੇਰੀ ਦੇ ਲਈ 5 ਲੱਖ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਸਰਕਾਰ ਐਨਆਰਆਈਜ਼ ਫੰਡ ਦੇ ਵਿੱਚ ਸਿੱਧਾ ਇਨਵੋਲਵ ਹੋਣੀ ਚਾਹੀਦੀ ਹੈ ਸਰਕਾਰ ਦੇਖੋ ਜੀ ਇਨਵੋਲਵਮੈਂਟ ਸਿੱਧੀ ਸਰਕਾਰ ਦੀ ਕਿਉਂਕਿ ਅੱਗੇ ਤਾਂ ਕਦੇ ਕੋਈ ਹੋ ਜੇ ਆ ਸਰਕਾਰੀ ਤੰਤਰ ਦੇ ਨਾਲ ਕੰਮ ਕੋ ਵੱਡਾ ਕੋ ਕੋ ਜਿੰਨੇ ਵੀ ਤੁਸੀਂ ਦੇਖਦੇ ਸਾਰੇ ਐਨਆਰਈ ਕ ਜਦੋਂ ਪੰਚਾਇਤੀ ਫੰਡ 'ਚ ਪੈਸੇ ਹੋਵੇ ਸਰਪੰਚ ਜਿਹੜੇ ਕਈ ਵਾਰੀ ਆ ਉਹ ਜਦੋਂ ਹੁਣ ਪਿੰਡ 'ਚ ਪਾਰਟੀ ਬੈ ਧੜੇ ਬੰਦੀ ਆ ਕੋਈ ਆਪੋਜੀਟ ਪਾਰਟੀ ਦਾ ਸਰਪੰਚ ਬਣ ਜਾਂਦਾ ਤਾਂ ਹੋ ਸਕਦਾ ਕਿ ਵੀਰੋ ਪੈਸੇ ਨਾ ਖਰਚਣ ਦੇਵੇ ਜਾਂ ਜਿਹੜਾ ਸਰਕਾਰੀ ਤੰਤਰ ਆ ਜਦੋਂ ਉਹ ਜਿੱਦਾਂ ਗ੍ਰਾਂਟ ਦੇ ਵਿੱਚ ਆਪਣੀਆਂ ਹਿੱਸੇਦਾਰੀਆਂ ਭਾਲਦਾ ਆ ਕੌਕੀ ਐਨ ਆਰ ਆਈ ਪੈਸਾ ਜਿਹੜਾ ਆ ਉਹ ਤੇ ਇਸ ਤਰੀਕੇ ਨਾਲ ਵੀ ਜੇ ਸਾਨੂੰ ਕਿਸੇ ਲੱਖ ਰੁਪਇਆ ਦਿੱਤਾ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਉਹਨੂੰ 1 ਲੱਖ 5000 ਕਰਕੇ ਲਾਇਆ ਜਾਵੇ ਤਾਂ ਹੀ ਇਹੋ ਜਿਹੇ ਜਿਹੜੇ ਵਿਕਾਸ ਕਾਰਜ ਹੁੰਦੇ ਆ ਸੋ ਪੈਸੇ ਸਰਕਾਰ ਦੇ ਪੰਚਾਇਤ ਦੇ ਖਾਤੇ ਆਉਣ ਚ ਕੋਈ ਪ੍ਰੋਬਲਮ ਨਹੀਂ ਪਰ ਗੱਲ ਇਹ ਆ ਵੀ ਉਹ ਪੈਸੇ ਇਮਾਨਦਾਰੀ ਨਾਲ ਲੱਗਣ ਕਿਉਂਕਿ ਜਦੋਂ ਵਿੱਚ ਸਰਕਾਰੀ ਸੈਸਤਾਂਤਰ ਵਿੱਚ ਆ ਜਾਂਦਾ ਆ ਐਨ ਆਰ ਆਈ ਫੰਡ ਦੇ ਫਿਰ ਜਿਹੜਾ ਤੁਹਾਨੂੰ ਪਤਾ ਹੈ ਜੋ ਅੱਗੇ ਪਿੱਛੇ ਹੁੰਦਾ ਆ ਆ ਹੁਣ ਤੱਕ ਹੁੰਦਾ ਆ ਆ ਪਿੰਡਾਂ ਦੇ ਵਿੱਚ ਵੀ ਉਹ ਪੌਂਸੇ ਪਲੇਸ ਜਿਹੜੇ ਪ੍ਰੋਪਰ ਤਰੀਕੇ ਨਾਲ ਲੱਗਦੇ ਨਹੀਂ ਕਿਉਂਕਿ ਜਿਹੜੇ ਸਰ ਉਹ ਉਹ ਉਸ ਪੈਸੇ ਤੇ ਝਾਕ ਰੱਖਦੇ ਆਪਣੀ ਹਿਸੇਬੰਦੀ ਤੇ ਝਾਕ ਰੱਖਦੇ ਆ ਹਾਂ ਤੇ ਬਿਲਕੁਲ ਇੱਕ ਹੋਰ ਮੈਂ ਪੁੱਛਣਾ ਚਾਹਨਾ ਪਿੰਡਾਂ ਦੇ ਵਿੱਚ ਅਕਸਰ ਦੋ ਤੁਹਾਡੇ ਵੰਡੇ ਹੁੰਦੇ ਨੇ ਜੇਕਰ ਪੰਚਾਇਤ ਹੈ ਪੰਚਾਇਤ ਵੀ ਧੜੇ ਹੁੰਦੇ ਤੇ ਜਾਂ ਹੋਰ ਪਾਰਟੀਆਂ ਉਹਨਾਂ ਦੇ ਵਿੱਚ ਵੀ ਧੜੇ ਬਣੇ ਹੁੰਦੇ ਆ ਤੇ ਕੀ ਲੱਗਦਾ ਕਿ ਜੇਕਰ ਧੜੇਬੰਦੀ ਦੇ ਵਿੱਚ ਅਜਿਹੇ ਐਨ ਆਰ ਆਈ ਫੰਡ ਜੇ ਪੰਚਾਇਤ ਨੂੰ ਭੇਜਦੇ ਤਾਂ ਉਹ ਲੱਗ ਪਾਣਗੇ ਸਹੀ ਤਰੀਕੇ ਨਾਲ ਉੱਥੇ ਗੱਲ ਆ ਜੀ ਗੱਲ ਲਾਉਣ ਆਲਾ ਤੇ ਡਿਪੈਂਡ ਕਰ ਤੁਸੀਂ ਕਿਹਨੇ ਧੜੇਬੰਦੀ ਧੜੇਬੰਦੀ ਤੇ ਕਰੀਬਨ ਹਰ ਪਿੰਡ 'ਚ ਹੈਗੀ ਆ ਕਿਤੇ ਭੂਰਾ ਵੱਡੀ ਆ ਕਿਤੇ ਛੋਟੀ ਆ ਹੁਣ ਮਜ ਪ੍ਰੋਬਲਮ ਇਹੇ ਖੜੀ ਹੁੰਦੀ ਆ ਵੀ ਉਹ ਪੈਸਾ ਲੱਗਦਾ ਨਹੀਂ ਕਿਉਂਕਿ ਪੈਸਾ ਤਾਂ ਗਰੰਟਾਂ ਹੀ ਜੜੀਆਂ ਆ ਜਿਹੜੇ ਸਰਕਾਰੀ ਗਰਾਂਟ ਉਹ ਹੀ ਨਹੀਂ ਪ੍ਰੋਪਰ ਤਰੀਕੇ ਨਾਲ ਜਿਹੜੀ ਲੱਗਦੀ ਤੇ ਐਨ ਆਰ ਆਈ ਪੈਸੇ ਦਾ ਤਾਂ ਬਿਲਕੁਲ ਹੀ ਕੋਈ ਮਤਲਬ ਫਿਰ ਔਖਾ ਹੋ ਜਾਂਦਾ ਨਾ ਐਨ ਆਰ ਆਈ ਜਿਹੜੇ ਆ ਉਹ ਮੈਨੂੰ ਲੱਗਦਾ ਖੁਸ਼ੀ ਹੋਣਗੇ ਵੀ ਜਿਹੜਾ ਉਹ ਪੈਸਾ ਉਹ ਕਹਿਣਗੇ ਜੇ ਪੰਚਾਇਤ ਨੂੰ ਪੈਸਾ ਜਿੱਥੇ ਤਾਂ ਪੰਚਾਇਤ ਆ ਕਿ ਆ ਲੋਕਾਂ ਦੀ ਸੋਚ ਆ ਕਿ ਆ ਉਥੇ ਤਾਂ ਹੋ ਸਕਦਾ ਵੀ ਉਹ ਲੱਗ ਜਾਣਾ ਪਰ ਬਹੁਤੇ ਤਰ ਪਿੰਡਾਂ ਦੇ ਵਿੱਚ ਇਹ ਤਾਂ ਕਰਨ ਦੇ ਨਾਲ ਹੋ ਸਕਦਾ ਹੈ ਉਹ ਪੈਸਾ ਜਿਹੜਾ ਆ ਉਹ ਪ੍ਰੋਪਰ ਤਰੀਕੇ ਨਾਲ ਨਾ ਲੱਗੇ ਔਰ ਐਨ ਆਰ ਆਈ ਵੀ ਇਸ ਚੀਜ਼ ਦੇ ਵਿੱਚ ਹੋ ਸਕਦਾ ਪੂਰੇ ਖੁਸ਼ ਨਾ ਹੋਣ ਜੀ ਤਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਅਮਰੀਕ ਮੇਰੇ ਨਾਲ ਜੁੜੇ ਸੀ ਇਹ ਜਲੰਧਰ ਤੋਂ ਪਿੰਡ ਪੈਂਦਾ ਹੈ 30 ਕਿਲੋਮੀਟਰ ਦੂਰੀ ਦੇ ਉੱਪਰ ਕਪੂਰਥਲਾ ਵਾਲੀ ਸਾਈਡ ਦੇ ਉੱਪਰ ਤਲਵੰਡੀ ਮਾਦੋ ਇਸ ਪਿੰਡ ਦੇ ਵਿੱਚ ਐਨਆਰਆਈਜ਼ ਨੇ ਜੋ ਪੈਸੇ ਲਗਾਏ ਨੇ ਉਸ ਦੇ ਮੁਤਾਬਕ ਇਹਨਾਂ ਦੇ ਕਹਿਣ ਦੇ ਮੁਤਾਬਕ 50 ਲੱਖ ਰੁਪਿਆ ਜਿਹੜਾ ਆ ਉਹ ਗ੍ਰਾਂਟ ਐਨਆਰਆਈਜ਼ ਨੇ ਲਗਾਇਆ ਤਾਂ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਜਿਵੇਂ ਦੱਸਿਆ ਗਿਆ ਕਿ ਪੰਚਾਇਤਾਂ ਲਗਾਉਣ ਯੋਗ ਹੋਣਗੀਆਂ ਜੇਕਰ ਐਨਆਰਆਈ ਸਿੱਧੇ ਪੰਚਾਇਤਾਂ ਨੂੰ ਵੀ ਫੰਡ ਭੇਜਦੇ ਨੇ ਤਾਂ ਪ੍ਰਾਇਮਰੀ ਦੇਖਿਆ ਜਾਵੇ ਤਾਂ ਹੁਣ ਅਸੀਂ ਜੋ ਪਹਿਲਾਂ ਸ਼ੁਰੂਆਤ ਕੀਤੀ ਸੀ ਕਿ ਜੋ ਤੁਹਾਨੂੰ ਲਿਸਟ ਦਿਖਾਈ ਸੀ ਤਾਂ ਉਸ ਦੇ ਮੁਤਾਬਕ ਸਭ ਤੋਂ ਪਹਿਲਾਂ ਜੋ ਪ੍ਰਾਇਮਰੀ ਸਕੂਲ ਦੇ ਲਈ 16 ਲੱਖ ਰੁਪਏ ਐਨਆਰਆਈ ਦਾਨ ਦੇ ਸਕਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਹੋਰ ਸ਼ਰਤ ਹੈਗੀ ਹੈ ਜੇਕਰ ਉਸ ਸਕੂਲ ਦਾ ਨਾਮ ਆਪਣੇ ਕਿਸੇ ਬਜ਼ੁਰਗ ਦੇ ਉੱਪਰ ਜਾਂ ਫਿਰ ਕਿਸੇ ਵੀ ਨਾਮ ਦੇ ਉੱਪਰ ਰੱਖਣਾ ਚਾਹੁੰਦੇ ਆਪਣੀ ਇੱਛਾ ਦੇ ਅਨੁਸਾਰ ਐਨਆਰਆਈ ਤਾਂ ਉਹਦੇ ਲਈ ਉਹਨਾਂ ਨੂੰ 10% ਵਧ ਦੇਣਾ ਹੋਵੇਗਾ ਜੋ ਇਸ 10% ਦੇ ਨਾਲ 5 ਸਾਲ ਸਕੂਲ ਦੀ ਮੇਨਟੇਨੈਂਸ ਦੇ ਲਈ ਖਰਚੇ ਜਾਣਗੇ ਜੋ ਵਾਧੂ ਪੈਸਾ ਹੋਵੇਗਾ ਇਸੇ ਤਰ੍ਹਾਂ ਜੇਕਰ ਹੈਲਥ ਸੈਂਟਰ ਜੋ ਦੱਸਿਆ ਗਿਆ ਤਾਂ ਹੈਲਥ ਕੇਂਟਰ ਦੇ ਲਈ ਜੋ ਪੈਸੇ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਜੋ ਨਵੀਂ ਇਮਾਰਤ ਬਣੇਗੀ ਤਾਂ ਐਨ ਆਰ ਆਈ ਆਪਣੇ ਕਰੀਬੀ ਦਾ ਚਹੇਤੇ ਦਾ ਜਾਂ ਕਿਸੇ ਬਜ਼ੁਰਗ ਦਾ ਨਾਮ ਉਸ ਹੈਲਥ ਸੈਂਟਰ ਦੇ ਨਾਮ ਦੇ ਉੱਪਰ ਰੱਖ ਸਕਦਾ ਹੈ ਤਾਂ ਇਸ ਦੇ ਨਾਲ ਹੀ ਜੇਕਰ ਕਮਿਊਨਿਟੀ ਸੈਂਟਰ ਦੇ ਉੱਪਰ ਜੋ 30 ਲੱਖ ਰੁਪਇਆ ਦੱਸਿਆ ਹੋਇਆ 30 ਲੱਖ ਰੁਪਇਆ 100 ਬੰਦੇ ਦੀ ਗੈਦਰਿੰਗ ਦੇ ਲਈ ਜੇਕਰ ਕਮਿਊਨਿਟੀ ਸੈਂਟਰ ਬਣਾਉਣਾ ਉਸ ਦੇ ਲਈ ਹੈ ਜੇਕਰ ਤੁਸੀਂ 300 ਬੰਦੇ ਦੇ ਲਈ ਕੋਈ ਸੈਂਟਰ ਬਣਾਇਆ ਜਾ ਰਿਹਾ ਕਮਿਊਨਿਟੀ ਸੈਂਟਰ ਤਾਂ ਉਸ ਦੇ ਲਈ 55 ਲੱਖ ਰੁਪਇਆ ਗ੍ਰਾਂਟ ਐਨਆਰਆਈ ਭੇਜ ਸਕਦੇ ਨੇ ਤਾਂ ਇਸੇ ਤਰ੍ਹਾਂ ਹੁਣ ਇਸ ਯੋਜਨਾ ਦਾ ਤਰਜ ਹੈ ਸਰਕਾਰ ਦਾ ਕਿ ਇਸ ਦੇ ਨਾਲ ਪੰਜਾਬੀ ਪਰਵਾਸੀ ਜਿਹੜੇ ਹੈਗੇ ਨੇ ਐਨ ਆਰ ਆਈਜ਼ ਹੈਗੇ ਨੇ ਇਹਨਾਂ ਦੀ ਫੰਡਾਂ ਦੀ ਦੁਰਵਰਤੋਂ ਨਹੀਂ ਹੋਵੇਗੀ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਨਾਲ ਹੁਣ ਸਰਕਾਰ ਨੂੰ ਵੀ ਸਾਰਾ ਰਿਕਾਰਡ ਰਹੇਗਾ ਤਾਂ ਇਸ ਯੋਜਨਾ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੁਸੀਂ ਧੰਨਵਾਦ